We call ourselves vegetarians. There's a slang word, isn't it? It's a slang word called beef. It's a slang word, isn't it? ਜਦੋਂ ਆਪਸ ਵਿੱਚ ਹੀ ਲੜਾਈ ਹੋਵੇ ਨਾ, ਇੱਕ ਸਲੰਗ ਵਰਡ ਆ, ਕਹਾਵਤ ਆ, ਕੋਈ ਗੱਲ ਇੰਗਲਿਸ਼ ਵਿੱਚ ਕਹਿੰਦੇ ਨੇ ਬੱਚੇ ਕਿ ਵਾਈ ਯੂ ਗੋਟ ਸੋ ਮੱਚ ਬੀਫ ਹੋ। ਜਦੋਂ ਆਪਸ ਵਿੱਚ ਹੀ ਬੈਂਸਨ ਹੈ ਨਾ ਲੋਕ, ਜਦੋਂ ਲੜਾਈ ਹੋਵੇ, ਵੈਨ ਪੀਪਲ ਆਰਗਿਊ ਬਿਟਵੀਨ ਦੈਮਸੈਲਵਸ, ਦੇ ਟਰਨ ਅਰਾਊਂਡ ਐਂਡ ਸੇ ਵਾਈ ਯੂ ਗੋਟ ਸੋ ਮੱਚ ਬੀਫ ਹੋ, ਵਾਈ ਦੇਅਰ ਸੋ ਮੱਚ ਬੀਫ। ਐਂਡ ਮੈਂ ਇੱਕ ਮਿੰਟ ਇੱਥੇ ਗੱਲ ਕਹਿ ਦੇਵਾਂ, ਜੇ ਸਮਝ ਆਊਗੀ ਤੁਹਾਨੂੰ ਚਲੋ ਹਾਸਾ ਆ ਜਾਏਗਾ, ਜਿਹਨਾਂ ਨੂੰ ਨਹੀਂ ਸਮਝ ਆਉਣੀ ਉਹਨਾਂ ਨੇ ਇੱਦਾਂ ਹੀ ਵੇਖੀ ਜਾਣਾ ਮੈਨੂੰ। ਪਰ ਇੰਗਲਿਸ਼ ਵਿੱਚ ਆਪਾਂ ਕਹਿੰਦੇ ਹਾਂ ਵਾਈ ਇਜ਼ ਦੇਅਰ ਸੋ ਮੱਚ ਬੀਫ, why is there so much beef between these committee members, why is there so much beef between jathebandiyan, why is there so much beef between jathe, why is there so much beef between pracharaks, ke ladai bahut kyon ho rahi aa, committeeyan aaps vich hi ladi ja rahiyan, jathebandiyan aaps vich hi ladi ja rahiyan, theek aa, jathe aaps vich hi ladi ja rahe aa, this jatha doesn't like that jatha, that dhaddi doesn't like that dhaddi, or that pracharak doesn't like that pracharak, and I say to myself a lot of times, ਆਪਾਂ ਆਪਣੇ ਆਪ ਨੂੰ ਵੈਜੀਟੇਰੀਅਨ ਤਾਂ ਕਹਿੰਦੇ ਆ, ਬਟ ਵਾਈ ਵੀ ਹੈਵਿੰਗ ਸੋ ਮੱਚ ਬੀਫ, ਵਾਈ ਆਰ ਵੀ ਹੈਵਿੰਗ ਸੋ ਮੱਚ ਬੀਫ, ਵਾਈ ਇਜ਼ ਦੇਅਰ ਸੋ ਮੱਚ ਬੀਫ। ਵੀ ਸੇ ਬੀਫ ਖਾਣੀ ਨਹੀਂ ਚਾਹੀਦੀ, ਪਰ ਫਿਰ ਕਲੇਸ਼ ਕਿਉਂ ਬਹੁਤ ਆ ਸਾਡੇ ਵਿੱਚ। ਐਂਡ ਮਾਫ ਕਰਿਓ ਪਿਆਰਿਓ, ਮੈਂ ਬਹੁਤ ਵਾਰ ਆਖਦਾ ਹੁੰਦਾ, ਜਿਹੜਾ ਇੱਧਰ ਨਹੀਂ ਲੱਗਣਾ ਚਾਹੁੰਦਾ ਉਹ ਸਿੱਧੀ ਗੱਲ ਕਹਿ ਦਿੰਦਾ, ਉਹ ਸਿੰਘ ਮੈਂ ਬਹੁਤ ਵੇਖੇ ਆ ਇੱਦਾਂ ਦੇ ਕੰਮ ਕਰਦੇ, ਕੀ ਲੋੜ ਆ ਇੱਧਰ ਲੱਗਣ ਦੀ। ਸਟ੍ਰੇਟ ਫੋਰਵਰਡ ਆਨਸਰ, because that's an excuse for them not to come onto this path. ਪਰ ਮੈਂ ਬਹੁਤ ਵਾਰ ਕਹਿੰਦਾ, ਇਹ ਪਿਆਰਿਓ, ਇਹ ਨਾ ਕਿਹਾ ਕਰੋ ਕਿ ਸਿੰਘ ਇਦਾਂ ਦੇ ਨੇ, ਕਿਉਂਕਿ ਸਿੰਘਾਂ ਵਿੱਚ ਕਲਗੀਧਰ ਪਾਤਸ਼ਾਹ ਵੀ ਆਉਂਦੇ ਨੇ। ਸਤਿ ਸ੍ਰੀ ਅਕਾਲ। ਇਹ ਨਾ ਕਿਹਾ ਕਰੋ ਕਿ ਸਿੰਘ ਮਾੜੇ ਨੇ, ਕਿਉਂਕਿ ਸਿੰਘਾਂ ਵਿੱਚ ਬਾਬਾ ਫਤਿਹ ਸਿੰਘ ਵੀ ਆਉਂਦੇ ਨੇ। ਹਾਂ, ਬੰਦਾ ਗਲਤ ਆ ਉਹਨੂੰ ਕਹੋ ਗਲਤ ਆ, ਉਹਨੂੰ ਫੜ ਕੇ ਬਾਹ ਫੜ ਕੇ ਕਹੋ ਗਲਤ ਆ, ਉਹਨੂੰ ਸਮਝਾਓ। ਬਟ ਵੈਨ ਵੀ ਸਟਾਰਟ ਸਟੈਰੀਓਟਾਈਪਿੰਗ ਐਵਰੀਬਾਡੀ ਕਿ ਸਾਰੇ ਇੱਦਾਂ ਦੇ ਨੇ, ਸਾਰੇ ਇੱਦਾਂ ਦੇ ਨੇ, ਪਿਆਰਿਓ ਥੋੜ੍ਹੇ ਇੱਦਾਂ ਦੇ ਵੀ ਲੋਕ ਆ ਬਾਹਰ ਜਿਹੜੇ ਬਹਾਨਾ ਭਾਲਦੇ ਆ ਆਪਾਂ ਇੱਧਰ ਨਾ ਲੱਗੀਏ। ਨਿੱਕੀ ਜਿਹੀ ਕੋਈ ਗਲਤੀ ਮਿਲਦੀ ਆ ਕਿਸੇ ਦੀ, ਬਸ ਵੱਡੀ ਬਣਾ ਕੇ ਬਹਿ ਜਾਂਦੇ ਆ ਕਿ ਮੈਂ ਤਾਂ ਲੱਗਣਾ ਨਹੀਂ ਚਾਹੁੰਦਾ, ਚਲੋ ਮੈਂ ਤਾਂ ਇੱਦਾਂ ਹੀ ਠੀਕ ਆ, ਸਿੰਘ ਤਾਂ ਮਾੜੇ ਨੇ, ਬਣ ਗਈ ਗੱਲ। ਬਟ ਨੋ, individuals are wrong, and dadda dosh na do kise, dosh karma apneya, karma means your work, your doing, tu kam maada kita fir tera kasoor aa, hun tu dosh tenu jehda mil reha tu bhog। And that's why in gurbani maharaj already says to us, if we do sahaj paath and we understand ke maharaj ki keh rahe ne, maharaj eh kehnde ne, aisa kam mile na kijae jit ant pachhotai hai। ਪਹਿਲਾਂ ਹੀ ਮਹਾਰਾਜ ਕਹੀ ਜਾ ਰਹੇ ਆ ਕਿ ਇੱਦਾਂ ਦਾ ਕੰਮ ਨਾ ਕਰ ਬੈਠੀ ਜਦੋਂ ਬਾਅਦ 'ਚ ਪਛਤਾਉਣਾ ਪੈ ਜੇ, ਦੈਟ ਯੂ ਸਟਾਰਟ ਰਿਗਰੈਟਿੰਗ ਵਾਈ ਯੂ ਡਨ ਇਟ। ਮਹਾਰਾਜ ਸਾਨੂੰ ਪੈਰ ਪੈਰ 'ਤੇ ਸਮਝਾਉਂਦੇ ਆ, ਬਟ ਗੈਸ ਵਾ, ਵੀ ਥਿੰਕ ਆ ਗੁਰੂ ਇਜ਼ ਫਾਰ ਅਵੇ, ਵੀ ਥਿੰਕ ਆ ਗੁਰੂ ਇਜ਼ ਫਾਰ ਅਵੇ, ਵੀ ਥਿੰਕ ਮਹਾਰਾਜ ਇਜ਼ ਫਾਰ ਅਵੇ। ਬਟ ਮਹਾਰਾਜ ਸੇਜ਼ ਇਨ ਗੁਰਬਾਣੀ, ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਨਾ ਦੂਰ ਹੀ ਰੇ, ਮੈਂ ਮੂਰਖ ਆਮ ਦ ਫੂਲਿਸ਼ ਵਨ ਦੈਟ ਥਿੰਕਸ ਗੋਡਸ ਫਾਰ ਅਵੇ। ਐਂਡ ਪਿਆਰਿਓ, ਜੇ ਸਾਨੂੰ ਇਹ ਹੋਵੇ ਹਨਾ ਕਿ ਰੱਬ ਸਾਰਿਆਂ ਦੇ ਵਿੱਚ ਆ, ਫਿਰ ਜਿਹੜੀਆਂ ਆਹ ਲੜਾਈਆਂ ਆ, ਦਿਸ ਬੀਫ ਦੈਟ ਵੀ ਹੈਵ ਫੋਰ ਵਨ ਇਨ ਈਚ ਅਦਰ, ਫਿਰ ਇਹ ਝਗੜੇ ਨਾ ਹੋਣ, ਲੜਾਈਆਂ ਨਾ ਹੋਣ, ਕਿਉਂਕਿ ਮਹਾਰਾਜ ਤਾਂ ਕਹਿ ਰਹੇ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਬਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬਹਿਸੋ ਸਫਾ ਬਿਛਾਏ। ਕਹਿੰਦੇ ਜਦੋਂ ਗੁਰਮੁਖ ਬਹਿਣ, ਕਹਿੰਦੇ ਸਫਾ ਬਿਛਾ ਦੀ, ਸਫਾ ਇਜ਼ ਅ ਮੈਟ, ਵੈਨ ਗੁਰਸਿੱਖ ਸਿਟਸ ਡਾਊਨ, ਬਿਛਾ ਅ ਮੈਟ ਫੋਰ ਦੈਮ ਟੂ ਸਿਟ ਡਾਊਨ। ਵਾਈ? ਨਾਟ ਬਿਕਾਜ਼ ਦੇ ਸੋ ਹਾਈ ਔਰ ਯੂ ਆਰ ਸੋ ਲੋ, ਦ ਰੀਜ਼ਨ ਆਫ ਬਿਛਾਇੰਗ ਦੈਟ ਮੈਟ ਇਜ਼ ਕਿਉਂਕਿ ਇਹਨਾਂ ਨੇ ਮੈਨੂੰ ਮੇਰੇ ਗੁਰੂ ਦੀ ਕੋਈ ਗੱਲ ਸੁਣਾਉਣੀ ਆ। ਇਹ ਨਹੀਂ ਕਿ ਆਪਾਂ ਉਹਨਾਂ ਨੂੰ ਗੁਰੂ ਮੰਨਣ ਲੱਗ ਜਾਣਾ, ਉਹ ਗੁਰੂ ਨਹੀਂ, ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਆ। ਪਰ ਜਿਹੜੀ ਸਫਾ ਆਪਾਂ ਬਿਛਾਉਂਦੇ ਹਾਂ, ਸਫਾ ਤਾਂ ਬਿਛਾਉਂਦੇ ਹਾਂ ਕਿਉਂਕਿ ਇਹਨਾਂ ਨੇ ਸਾਨੂੰ ਗੁਰੂ ਦੀ ਗੱਲ ਸੁਣਾਉਣੀ ਆ। ਐਂਡ ਅੱਜ ਆਪਾਂ ਦੱਸਾਂ ਕੀ ਕਰਦੇ ਹਾਂ, ਵੀ ਡੋਂਟ ਪੁੱਟ ਦੈਟ ਮੈਟ ਡਾਊਨ, ਵੀ ਪੁੱਲ ਦੈਟ ਮੈਟ ਅਵੇ। ਆਪਾਂ ਸਫਾ ਬਿਛਾਉਂਦੇ ਨਹੀਂ, ਆਪਾਂ ਤਾਂ ਖਿੱਚ ਕੇ ਆਪਣੇ ਵੱਲ ਨੂੰ ਕਰ ਲੈਂਦੇ ਹਾਂ। ਮੈਂ ਬਹੁਤ ਵਾਰ ਆਖਦਾ ਹੁੰਦਾ ਕਿ ਲੰਗਰ ਹਾਲ ਵਿੱਚ ਵੀ ਇਹ ਬਹੁਤ ਹੁੰਦਾ, ਵਾਟ ਹੈਪਨਸ, ਪ੍ਰਸ਼ਾਦਾ ਛੱਕ ਕੇ ਆਪਾਂ ਕੀ ਸੇਵਾ ਕਰਨੀ ਆ, ਆਪਾਂ ਤਾਂ ਸੇਵਾ ਨਹੀਂ ਕਰਨੀ। ਵੀ ਡੋਂਟ ਵਾਂਟ ਟੂ ਪਿਕ ਅਪ ਡਿਸ਼ਿਸ, we don't want to take the bhande into the langar, into the kitchen to get washed. apa dasa ki karde ha, he maharaj
ਆਪ ਜੀ ਦੇ ਗੁਰਸਿੱਖਾਂ ਨੇ ਪ੍ਰਸ਼ਾਦਾ ਛਕਾਇਆ। ਕਿਰਪਾ ਕਰੋ, ਕਿਹਦੇ 'ਤੇ ਕਿਰਪਾ ਕਰੋ ਜਿਹੜਾ ਮੇਰੇ ਨਾਲ ਬੈਠਾ? ਕਿਰਪਾ ਕਰੋ, ਕਿਹਦੇ 'ਤੇ ਕਿਰਪਾ ਕਰੋ? ਦਾ ਪਰਸਨ ਦੱਸ ਏ ਨੈਕਸਟ ਮੀ ਵਾਈ, ਮੇਰੇ ਵੀ ਭਾਂਡੇ ਚੱਕ ਕੇ ਲੈ ਜੇ, ਇਹ ਕਿਰਪਾ। ਆਪਾਂ ਕਹਿਣਾ ਸੀ ਮਹਾਰਾਜ ਕਿਰਪਾ ਕਰੋ ਕਿ ਮੈਨੂੰ ਸੇਵਾ ਮਿਲ ਜੇ। ਪ੍ਰਾਤਨ ਸਿੰਘ ਜਿਹੜੇ ਹੁੰਦੇ ਸੀ ਭੱਜ ਭੱਜ ਕੇ ਸੇਵਾ ਕਰਦੇ ਸੀਗੇ, ਗੁਰਸਿੱਖ ਆਏ ਨੇ ਭੱਜ ਕੇ ਸੇਵਾ ਕਰੀਏ। ਪਰ ਅੱਜ ਪਿਆਰਿਓ ਆਪਾਂ ਸਫਾ ਜਿਹੜੀ ਆ ਦ ਮੈਟ ਆਪਾਂ ਖਿੱਚ ਕੇ ਆਪਣੇ ਵੱਲ ਕਰੀ ਜਾਂਦੇ, ਮੈਂ ਤੱਪੜੀ 'ਤੇ ਬੈਠਾ ਇਹ ਨਾ ਬੈਠੇ। ਐਂਡ ਇਟ ਡਜ਼ਨਟ ਨੈਸੈਸਰੀ ਮੀਨ ਦ ਤੱਪੜੀ ਦੈਟ ਵੀ ਹੈਵ ਇਨ ਦ ਲੰਗਰ ਹੋਲ, ਦ ਮੈਟ ਵੀ ਹੈਵ ਇਨ ਦ ਲੰਗਰ ਹੋਲ, ਇਟਸ ਜਸਟ ਦੈਟ ਰਿਸਪੈਕਟ, ਬਿਸ਼ਾਇੰਗ ਦੈਟ ਮੈਟ ਇਜ਼ ਦੈਟ ਲਿਟਰਲ ਰਿਸਪੈਕਟ। ਕੋਈ ਗੁਰੂ ਦੀ ਗੱਲ ਸੁਣਾਵੇ, ਜੁੜਨਾ ਆਪਾਂ ਗੁਰਬਾਣੀ ਨਾਲ ਆ, ਗੁਰਸਿੱਖਾਂ ਨਾਲ ਦੋਸਤੀ ਆ। ਗੁਰਮੁਖਾਂ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ, ਗੁਰੂ ਦੇ ਨਾਲ ਚਿੱਤ ਲਾਉਣਾ। ਔਰ ਕੌਨਸ਼ੀਅਸ ਸ਼ੁੱਡ ਬੀ ਅਟੈਚਡ ਗੁਰੂ ਮਹਾਰਾਜ ਇਜ਼ ਚਰਨ ਟੂ ਦ ਸ਼ਬਦ, ਚਰਨ ਇਜ਼ ਦ ਸ਼ਬਦ। ਪਰ ਆਪਾਂ ਕੀ ਕਰ ਰਹੇ ਹਾਂ, ਜਦੋਂ ਸਾਨੂੰ ਕੋਈ ਗੁਰਸਿੱਖ ਮਿਲ ਜੇ ਆਪਾਂ ਪਹਿਲਾਂ ਇਹ ਸੋਚਦੇ ਹਾਂ ਕਿ ਇਹ ਕੀ ਚਾਹੁੰਦਾ ਆ ਵਿੱਚੋਂ, ਵਟ ਡੂ ਦੇ ਵਨ, ਬਿਕੋਜ਼ ਵੀ ਹੈਡ ਅ ਸਾਵਰ ਟੇਸਟ, ਸਾਵਰ ਟੇਸਟ। ਮੈਂ ਬਹੁਤ ਵਾਰ ਕਹਿੰਦਾ ਹੁੰਦਾ ਕਿ ਜਿਹੜਾ ਦੁੱਧ ਦਾ ਸਾੜਿਆ ਹੋਵੇ ਹੈ ਨਾ, ਕੱਚੀ ਲੱਸੀ ਨੂੰ ਵੀ ਫੁੱਕਾ ਮਾਰ ਕੇ ਪੀਂਦਾ। ਜਿਹੜਾ ਦੁੱਧ ਦਾ ਸਾੜਿਆ ਹੁੰਦਾ ਨਾ ਜੀ, ਕੱਚੀ ਲੱਸੀ ਨੂੰ ਵੀ ਫੁੱਕਾ ਮਾਰ ਕੇ ਪੂ, ਕਿ ਉਹਨੂੰ ਇਹ ਲੱਗਣਾ ਕਿ ਆਹ ਜਿਹੜੀ ਕੱਚੀ ਲੱਸੀ ਆ ਇਹ ਵੀ ਦੁੱਧ ਆ, ਕਿ ਪਤਾ ਨਹੀਂ ਕਿ ਇੱਦਾਂ ਨਾ ਕੁਛ ਹੋ ਜੇ। ਐਂਡ ਇਹ ਬਹੁਤ ਹੁੰਦਾ, ਕਿਉਂਕਿ ਮਹਾਰਾਜ ਇਹ ਕਹਿ ਰਹੇ ਨੇ ਜਦੋਂ ਗੁਰਸਿੱਖ ਮਿਲੇ, ਗੁਰਸਿੱਖ ਦੀ ਨਿਸ਼ਾਨੀ ਇਹ ਆ ਕਿ ਉਹ ਗੁਰਸਿੱਖ ਗੁਰੂ ਦੀ ਸਿੱਖਿਆ ਦਊਗਾ।